ਤੇ ਮਨਜ਼ੂਰ ਦਿਖਿਆ ਦਿਹਾੜੀ ਤੇ ਆਪਾਂ ਚਲੇ ਜਾਈਦਾ। ਮਗਰੂ ਗੁੜੀਆ ਇਕੱਲੀ ਸੀ, ਦੋ ਮੁੰਡੇ ਬਾਹਰ ਖੜ੍ਹੇ ਤੇ ਇੱਕ ਅੰਦਰ। ਕੁੜੀ ਨੂੰ ਧੱਕੇ ਨਾਲ ਚਲਾ ਗਿਆ ਲੈ ਕੇ ਤੇ ਜ਼ਬਰਦਸਤੀ ਧੱਕਾ ਕੀਤਾ ਗੁੜੀਆ ਨਾਲ। ਸ਼ਾਮ ਨੂੰ ਅਸੀਂ ਬਾਹਰੋਂ ਆਏ ਤੇ ਗੁੜੀਆ ਆਪਣੀ ਰੋਂਦੀ ਕਰਲਾਉਂਦੀ ਕਹਿੰਦੀ ਸੀ, ਮੰਮੀ ਮੇਰੇ ਨਾਲ ਧੱਕਾ ਆਇਆ ਹੈ। ਅਸੀਂ ਫਿਰ ਸਾਡੇ ਘਰ ਤਿੰਨ ਮੁੰਡੇ ਆਏ ਸੀ, ਦੋ ਬਾਰ ਰਖਵਾਲੀ ਤੇ ਖੜੇ ਰਹੇ ਤੇ ਇੱਕ ਨੇ ਅੰਦਰ ਜ਼ਬਰਦਸਤੀ ਧੱਕਾ ਕੀਤਾ। ਘਰੇ ਸਾਡੇ ਕੋਈ ਨਹੀਂ ਹੈਗਾ ਸੀ। ਇਹ ਬਾਰ ਖੇਤੀ ਕਰਨ ਗਏ ਸੀ ਮੰਮੀ ਅੜੀ, ਸ਼ਾਮੀ 7:30 ਵਜੇ ਦੀ ਗੱਲ ਆ। ਹਾਂਜੀ ਹਾਂਜੀ, ਹੁਣ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਸਜ਼ਾ ਦਿੱਤੀ ਜਾਵੇ ਸਖਤ ਤੋਂ ਸਖਤ। ਟਿੰਡੀ ਵਾਲੇ ਦੇ ਰਹਿਣ ਵਾਲੇ ਜਸਪਾਲ ਮੁੰਡੇ ਦਾ ਨਾਮ, ਕਸ਼ਮੀਰ ਸਿੰਘ। ਹਾਂਜੀ ਮਨਜ਼ੂਰ ਦਿਖਿਆ ਦਿਹਾੜੀ ਤੇ ਆਪਾਂ ਚਲੇ ਜਾਈਦਾ। ਮਗਰੂ ਗੁੜੀਆ ਇਕੱਲੀ ਸੀ, ਇੱਥੋਂ ਟਿੰਡੀ ਵਾਲੇ ਦੇ ਰਹਿਣ ਵਾਲੇ ਮੁੰਡੇ, ਇੱਕ ਜਸਪਾਲ ਸਿੰਘ ਮੁੰਡਾ, ਉਹਨੇ ਦੋ ਮੁੰਡੇ ਬਾਹਰ ਖੜ੍ਹੇ ਤੇ ਇੱਕ ਅੰਦਰ। ਕੁੜੀ ਨੂੰ ਧੱਕੇ ਨਾਲ ਚਲਾ ਗਿਆ ਲੈ ਕੇ ਤੇ ਜ਼ਬਰਦਸਤੀ ਧੱਕਾ ਕੀਤਾ ਗੁੜੀਆ ਨਾਲ। ਸ਼ਾਮ ਨੂੰ ਅਸੀਂ ਬਾਹਰੋਂ ਆਏ ਤੇ ਗੁੜੀਆ ਆਪਣੀ ਰੋਂਦੀ ਕਰਲਾਉਂਦੀ ਕਹਿੰਦੀ ਸੀ, ਮੰਮੀ ਮੇਰੇ ਨਾਲ ਧੱਕਾ ਆਇਆ ਹੈ। ਅਸੀਂ ਫਿਰ ਪੁਲਿਸ ਨੂੰ ਤਲਾਕ ਦੇ ਦਿੱਤੀ। ਸਾਡੇ ਬੜਾ ਧਮਕਿਆ ਦਿੰਦਾ ਸੀ, ਜਿਹੜਾ ਕੁਛ ਮੇਰੇ ਨਾਲ ਤੁਸੀਂ ਕਰਨਾ ਤੇ ਕਰ ਲਓ। ਹਾਂ ਕਰਤਾ। ਅਸੀਂ ਤਾਂ ਕਹਿੰਦੇ ਹਾਂ ਵੀ ਜਲਦੀ ਜਲਦੀ ਗ੍ਰਿਫਤ ਕਰਦਾ ਕਰ ਲੈਣ। ਹਾਂ ਜੇਲ੍ਹ ਭੇਜਣ ਜਲਦੀ। ਹਾਂ ਜੇ ਵੀ ਧਮਕਿਆ ਦੇ, ਮੇਰਾ ਕੀ ਕਰਨਾ ਨੇ ਕਰ ਲੈਣਾ ਸੀ, ਮੈਂ ਕੁੜੀ ਨੂੰ ਲੈ ਜਾਣਾ। ਕੁਛ ਵੀ ਨਹੀਂ ਲੱਗਦਾ ਕੁੜੀ ਦਾ। ਹਾਂ ਜਾਤ ਇੱਕੋ ਨਾਲੇ, ਰਿਸ਼ਤੇਦਾਰ ਭਰਾ ਲੱਗਦਾ। ਹਾਂ ਹਾਂ ਸਖਤ ਆਪਾਂ ਤਾਂ ਰਹੇ, ਜਲਦੀ ਜਲਦੀ ਫੜੇ ਜਾਣ। ਮਾਮਲਾ ਆਇਆ ਸੀ ਨਾਬਾਲਗ ਲੜਕੀ ਨਾਲ ਰੇਪ ਕੀਤਾ, ਕੀ ਕਰ? ਇਸ ਤਰ੍ਹਾਂ ਜੀ, ਸਿਮਰਨਜੀਤ ਕੌਰ ਨੇ ਜਸਪਾਲ ਸਿੰਘ 'ਤੇ ਇਲਜ਼ਾਮ ਲਾਇਆ ਕਿ 2-5 ਨੂੰ, 2-5 ਜਿਹੜੀ ਆ ਮਈ ਦੀ ਆ, ਵੀ ਸ਼ਾਮ 7:30 ਵਜੇ ਜਿਹੜੀ ਮੰਦਈ ਹੈਗੀ ਆ ਆਪਣੇ ਕੰਮ ਕਰਦੇ ਗਈ ਸੀਗੀ, ਅਤੇ ਜਿਹੜਾ ਦੋਸ਼ੀ ਜਸਪਾਲ ਸਿੰਘ ਆ, ਇਹ ਇਹਦੇ ਨਾਲ ਦੋ ਹੋਰ ਅਣਪਛਾਤੀ ਸੀ ਬੰਦੇ ਇਹਦੇ ਘਰ ਆਏ ਅਤੇ ਇਹਦੀ ਬੇਟੀ ਨਾਲ ਉਹਨਾਂ ਨੇ ਜਬਰ ਜਨਾਹ ਕੀਤਾ, ਅਤੇ ਬਾਅਦ ਦੋ ਜਣੇ ਜਿਹੜੇ ਅਣਪਛਾਤੀ ਸੀਗੇ ਉਹ ਰਾਖੀ 'ਤੇ ਸੀਗੇ। ਤੀਸਰੇ ਜਿਹੜਾ ਜਸਪਾਲ ਸਿੰਘ ਜੀ 'ਤੇ ਇਲਜ਼ਾਮ ਲੱਗਿਆ, ਉਹ ਉਸਨੇ ਰੇਪ ਕੀਤਾ ਇਹਨਾਂ ਦੀ ਬੇਟੀ ਨਾਲ। ਇਹਦੇ ਰਿਗਾਰਡਿੰਗ ਅਸੀਂ ਮੁਕੱਦਮਾ ਦਰਜ ਕਰ ਲਿਆ ਅਤੇ ਫਰਦਰ ਤਫਤੀਸ਼ ਅਸੀਂ ਕਰ ਰਹੇ ਹਾਂ। ਦੋਸ਼ੀਆਂ ਦੀ ਭਾਲ ਜਾਰੀ? ਹਾਂਜੀ, ਦੋਸ਼ੀ ਫਰਾਰ ਨੇ ਜੀ, ਦੋਸ਼ੀਆਂ ਦੀ ਭਾਲ ਜਾਰੀ ਹੈ, ਬਹੁਤ ਜਲਦੀ ਕਾਬੂ ਕਰ ਲਏ ਜਾਣਗੇ। ਬਾਕੀ ਤਫਤੀਸ਼ ਦਾ ਪਾਰਟ ਆ, ਤਫਤੀਸ਼ ਕਰਦੇ ਹਾਂ, ਦੇਖਦੇ ਹਾਂ ਕੀ ਹੈ।